ਵਿਊਅਰਸ ਵੈਲਕਮ ਬੈਕ ਇਨ ਆਰ ਪ੍ਰੋਗਰਾਮ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਆਪਾਂ ਅਗਲਾ ਇਸ਼ੂ ਡਿਸਕਸ ਕਰੀਏ ਤੁਸੀਂ ਸਾਡੇ ਦਰਸ਼ਕਾਂ ਦੇ ਜਿਹੜੇ ਫੇਸਬੁੱਕ ਲਾਈਵ ਮੈਸੇਜ ਆਏ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕਰ ਦਿਓ ਸਰਦਾਰ ਖਾਨ ਜੀ ਲਿਖਤੇ ਨੇ ਗੁੱਡ ਮਾਰਨਿੰਗ ਫਰਮ ਪਾਕਿਸਤਾਨ ਲੌਂਗ ਲਿਵ ਖਾਰਿਸਤਾਨ ਬਹੁਤ ਸ਼ੁਕਰੀਆ ਖਾਨ ਸਾਹਿਬ ਤੁਹਾਨੂੰ ਵੀ ਗੁੱਡ ਮਾਰਨਿੰਗ ਔਰ ਪਾਕਿਸਤਾਨ ਵੀ ਅੱਲਾਹ ਤਾਲਾ ਕਰੇ ਖੁਸ਼ਹਾਲ ਸਟੇਬਲ ਔਰ ਹਮੇਸ਼ਾ ਲੌਂਗ ਲਿਵ ਹੋਏ ਪਰਮਜੀਤ ਸਿੰਘ ਲਿਖਦੇ ਨੇ ਗੁਰਫਤੇ ਡਾਟ ਸਾਬ ਟੀਮ ਐਂਡ ਟੂ ਹੋਲ ਸਿਖ ਨੇਸ਼ਨ ਖਾਲਸਤਾਨ ਜਿੰਦਾਬਾਦ ਬਹੁਤ ਸ਼ੁਕਰੀਆ ਪਰਮਜੀਤ ਸਿੰਘ ਜੀ ਜਿੰਦਾਬਾਦ ਜਿੰਦਾਬਾਦ ਤਨਵੀਰ ਸਿੰਘ ਲਿਖਦੇ ਨੇ ਗੁਰਫਤੇ ਡਾਟ ਸਾਬ ਜੀ देयर इज ਅ ਫੇਕ ਨਿਊਜ਼ ਟੁਡੇ ਔਨ ਸੋਸ਼ਲ ਮੀਡੀਆ ਦੈਟ ਜਥੇਦਾਰ ਹਵਾਰਾ ਰਿਜ਼ਾਈਨ ਜਸਟ ਟਾਕ ਟੂ ਅਮਰ ਸਿੰਘ ਚਾਲ ਇਨ ਫੈਕਟ ਰਾਤ ਮੈਂ ਲੇਟ ਆਵਰਸ ਵਾਸ਼ਿੰਗਟਨ ਗਿਆ ਅੱਜ ਸਿੱਧੇ ਆਏ ਹਾਂ ਮੈਨੂੰ ਬਹੁਤਾ ਸੋਸ਼ਲ ਮੀਡੀਆ ਦੇਖਣ ਦਾ ਮੌਕਾ ਨਹੀਂ ਬਣਿਆ ਪਰ ਚੁਕੰਨੇ ਹੋਣਾ ਚਾਹੀਦਾ ਕਿਉਂਕਿ ਬਹੁਤ ਸਾਰੀ ਮਿਸ ਇਨਫੋਰਮੇਸ਼ਨ ਵੀ ਅਰਾਊਂਡ ਹੁੰਦੀ ਹੈ ਜੀ ਸ਼ਹਾਜ਼ਾਦ ਜ਼ੁਲਫੀਕਾਰ ਤੁੰਗ ਲਿਖਦੇ ਨੇ ਡਾਕਟਰ ਸਾਹਿਬ ਆਈ ਵਾਂਟ ਟੂ ਲੈਟ आवर ਸਿੱਖ ਬ੍ਰਦਰਸ ਐਂਡ ਸਿਸਟਰਸ نو ਦ ਡਾਕਟਰ ਅਮਰਜੀਤ ਇਸਕਬਾਲ ਆਫ ਯੋਰ ਨੇਸ਼ਨ ਡੋਨਟ ਮਿਸ ਹਿਮ ਓਵਰ ਅਦਰਵਾਈਜ਼ ਵਿਲ ਬੀ ਸੌਰੀ ਫਾਰ ਲੌਂਗ ਟਾਈਮ ਬਹੁਤ ਸ਼ੁਕਰੀਆ ਸ਼ਹਾਜ਼ਾਦ ਸਾਹਿਬ علامه ਇਕਬਾਲ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਸਦਾਰ ਕਪੂਰ ਸਿੰਘ ਜਿਹੜੇ ਸਿੱਖ ਸਕਾਲਰ ਨੇ ਉਹਨਾਂ ਨੂੰ ਸਾਊਥ ਏਸ਼ੀਆ ਦਾ ਬਹੁਤ ਵੱਡਾ ਰੋਸ਼ਨ ਦਿਮਾਗ ਔਰ ਰੱਬ ਨਾਲ ਮਿਲਿਆ ਹੋਇਆ ਇਨਸਾਨ ਕਹਿੰਦੇ ਨੇ ਤੋ ਮੇਰੇ ਲਈ ਉਹ ਹਮੇਸ਼ਾ ਹੀ ਇਨਸਪੀਰੇਸ਼ਨ ਨੇ ਮੈਂ ਹਮੇਸ਼ਾ ਹੀ ਸਮਝਦਾ ਹਾਂ ਸੋ ਅਸੀਂ ਇੱਕ ਐਕਟੀਵਿਸਟ ਦੇ ਨਾਤੇ ਕਿਉਂਕਿ ਸਾਡੇ 1.5 ਲੱਖ ਤੋਂ ਜ਼ਿਆਦਾ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ 2000 ਦੇ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲੇ ਜਿਨ੍ਹਾਂ ਨੇ ਇਹ ਦੱਸਿਆ ਕਿ ਭਾਈ ਸੱਚ ਦੇ ਰਸਤੇ ਤੇ ਖਲੋਣਾ ਜਿਹੜਾ ਉਹਦੇ ਨਾਲ ਹਕੂਮਤਾਂ ਔਰ ਵੱਡੇ ਵੱਡੇ ਸਾਮਰਾਜ ਵੱਡੇ ਵੱਡੇ ਜਿਹੜੇ Empire ਨੇ ਉਹ ਹਿਲ ਜਾਂਦੇ ਨੇ ਪਰ ਫਿਰ ਵੀ ਇਹਨਾਂ ਦਾ ਸ਼ੁਕਰੀਆ ਕੰਪਲੀਮੈਂਟ ਲਈ ਬਲਿਹਾਰ ਸਿੰਘ ਕਾਂਗ ਟੀਵੀ 84 ਦੀ ਸਾਰੀ ਟੀਮ ਨੂੰ ਵਾਜੂ ਦੀ ਖਾਲਸਾ ਦਾ ਜਿੱਕੀ ਫਤਿਹ ਖਾਲਸ탄 ਜ਼ਿੰਦਾਬਾਦ 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 ਨਵੀਦ ਅਕਰਮ ਸਾਹਿਬ ਲਖਦੇ ਨੇ ਵੈਲ ਸੈਡ ਡਾਕਟਰ ਸਾਹਿਬ ਪਾਕਿਸਤਾਨ ਖਾਲਸ탄 ਜ਼ਿੰਦਾਬਾਦ 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 ਲਵਜੀਤ ਸਿੰਘ ਖਾਲਸ탄 ਜ਼ਿੰਦਾਬਾਦ ਹਨੀਸ਼ ਸਤੀ ਖਾਲਸ탄 ਜ਼ਿੰਦਾਬਾਦ ਕੁਲਜੀਤ ਸਿੰਘ ਚਰਨਜੀਤ ਸਿੰਘ ਦਲਜੀਤ ਸਿੰਘ ਕਸ਼ਮੀਰ ਵਰਗ ਪੋਪਿੰਦਰ ਸਿੰਘ ਗਜਿੰਦਰ ਸਿੰਘ ਜੀਤਾ ਸੰਧਰ ਅਮਨ ਮੱਲੀ ਗੁਰਮਤ ਪ੍ਰਚਾਰਕ ਵਣਜਾਰਾ ਐਮਪੀ ਤੋਂ ਇਹ ਸਾਰਿਆਂ ਨੇ ਫਤਿਹ ਕਹੀ ਹੈ ਸਾਨੂੰ ਸਾਂਝੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਦੀ ਆਈਡੀ ਤੋਂ ਜਿਹੜਾ ਨੇ ਡਾਕਟਰ ਸਾਹਿਬ ਫਤਿਹ ਜੀ ਤੁਹਾਨੂੰ ਪਤਾ ਹੈ ਤੁਸੀਂ ਆਪਣੇ ਆਪ ਵਿੱਚ ਸਭ ਤੋਂ ਵੱਡਾ ਹਥਿਆਰ ਹੋ ਜਿਸ ਇੰਡੀਅਨ ਗਵਰਨਮੈਂਟ ਜਿਸ ਤੋਂ ਇੰਡੀਅਨ ਗਵਰਨਮੈਂਟ ਡਰਨ ਲੱਗ ਪਈ ਹੈ ਇਹ ਹੀ ਸਾਡੀ ਜਿੱਤ ਦੀ ਨਿਸ਼ਾਨੀ ਹੈ ਕਿਉਂਕਿ ਜਾਣਕਾਰੀ ਸਭ ਤੋਂ ਵੱਡਾ ਹਥਿਆਰ ਹੈ ਮੈਂ ਇਸ ਨਾਲ ਸਹਿਮਤ ਆ ਹਾਂ ਉਹ ਸਿਰਫ ਅਸੀਂ ਨਹੀਂ ਬਹੁਤ ਸਾਰੇ ਸਾਡੇ ਵੀਰ ਪੈਣਾ ਜਿਹੜੇ ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੀ ਜਾਣਕਾਰੀ ਬਾਹਰ ਲਿਆ ਰਹੇ ਨੇ ਇਹ ਇੱਕ ਵੱਡਾ ਔਰ ਸਭ ਤੋਂ ਵੱਡਾ ਦੁਸ਼ਮਨ ਇਗਨੋਰੈਂਸ ਅਗਿਆਨਤਾ ਹਨੇਰੇ ਚ ਹੋਣਾ ਸੋ ਇਹਨਾਂ ਦਾ ਬਹੁਤ ਸ਼ੁਕਰੀਆ ਸਲੀਮ احمد ਮਲਕ ਸਾਹਿਬ ਬਖਦੇ ਨੇ ਡਾਕਟਰ ਸਾਹਿਬ ਆਮ ਆਲਸੋ ਐਸ ਟੀਵੀ ਐਂਕਰ ਫॉर ਲਾਸਟ 23 ইয়ার্স ইন ਪੰਜਾਬੀ ਐਂਡ ਉਰਦੂ ਚੈਨਲਸ ਬਟ ਆ ਹਵਨਟ ਸੀਨ ਬਟ ਆ ਹਵਨਟ ਸੀਨ ਫਿਊ ਮੋਸਟ ਨੋਲੇਜੇਬਲ ਵਰਲਡ ਐਨਾਲਿਸਟ ਲਾਈਕ ਯੂ Uh, in subcontinent very balanced and right approach suleem ahmed malik sahab bahut bahut shukriya torda compliment liye actually malik sahab aur inadi puri team de sahyog naal hi pakistan american jada think tank hai us te vich sanu aan da mauka milya si bahut shukriya malik sahab assi sare ikko hi raste de paande hain hum safar hain aur sare ik dooje nu hausla de ke aur ik dusre da hath phad ke ਅਸੀਂ ਆਪਣੀ ਮੰਜ਼ਲੇ ਮਕਸੂਦ ਵੱਲ ਵਧ ਰਹੇ ਹਾਂ ਕਿਉਂਕਿ ਸਾਡੀ ਡੈਸਟਨੀ ਮੈਂ ਇਹ ਸਮਝਦਾ ਹਾਂ ਵੀ ਸਿੱਖਾਂ ਔਰ ਮੁਸਲਮਾਨਾਂ ਦੀ ਡੈਸਟਨੀ ਗੁਰੂ ਨਾਨਕ ਸਾਹਿਬ ਨੇ ਵਹੀਂ ਤੋਂ ਬਾਹਰ ਆ ਕੇ ਪਹਿਲਾ ਮੈਸੇਜ ਔਰ ਗੁਰੂ ਨਾਨਕ ਸਾਹਿਬ ਦੀ ਬਾਣੀ ਕਲਾਮ ਪਾਈ ਮਰਦਾਨਾ ਉਹਨਾਂ ਦੀ ਰਬਾਬ ਔਰ ਇਹ ਜਿਹੜਾ ਉਹ ਸੰਬੰਧ ਹੈ ਔਰ ਜੇ ਇੱਕ ਚੰਗੀ ਗੱਲ ਮੈਂ ਸ਼੍ਰੋਮਣੀ ਕਮੇਟੀ ਦੀ ਮੈਂ ਐਪਰੀਸ਼ੀਏਟ ਕਰਨਾ ਚਾਹੁੰਦਾ ਹਾਂ ਵੀ ਪਹਿਲੀ ਵਾਰ ਉਹਨਾਂ ਨੇ ਡਿਸਾਈਡ ਕੀਤਾ ਹੈ ਕਿ ਪਾਈ ਮਰਦਾਨਾ ਜੀ ਦਾ ਚਲਾਣਾ ਦਿਨ ਜਿਸ ਨੂੰ ਉਹਨਾਂ ਨੇ ਚੜ੍ਹਾਈ ਕੀਤੀ ਉਹ ਸੈਲੀਬ੍ਰੇਟ ਕਰਨਾ ਸ਼ੁਰੂ ਕੀਤਾ ਸੋ ਮੈਂ ਸਮਝਦਾ ਹਾਂ ਵੀ ਇਹ ਜਿਹੜੀਆਂ ਸਾਡੀਆਂ ਸਾਂਝਾਂ ਨੇ ਸਾਡੀਆਂ ਸਾਡੀ ਆਪਸ ਦੇ ਵਿੱਚ ਕਾਮਨੈਸਸ ਹੈ ਔਰ ਖਾਲਸਤਾਨ ਪਾਕਿਸਤਾਨ ਦਾ ہمسਾਇਆ ਹੋਣਾ ਇਹ ਅਲਟੀਮੇਟਲੀ ਅਸੀਂ ਉਸ ਡਾਇਰੈਕਸ਼ਨ ਵੱਲ ਵਧ ਰਹੇ ਹਾਂ ਸੋ ਮਰਕਸ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਸ਼ੁਕਰੀਆ ਜੀ ਜਿਹੜਾ ਇਸ਼ੂ ਹੁਣ ਮੈਂ ਵਿਚਾਰ ਅਦਿਨ ਲੈ ਆ ਰਹੇ ਹਾਂ ਇਸ ਬਾਰੇ ਅਸੀਂ ਚਰਚਾ ਇੱਕ ਸਾਡੇ ਵੀਵਰ ਨੇ ਲਿਖਿਆ ਸੀ ਆਪਕੀ ਅਦਾਲਤ ਸ਼ਾਇਦ ਦਿੱਲੀ ਦੇ ਪ੍ਰੋਗਰਾਮ ਚ ਤਾਰਿਕ ਫਤੇ ਜਿਹੜਾ ਕੈਨੇਡਾ ਬੇਸਡ ਹੈ ਔਰ ਜ਼ੈਰ ਦਾ ਵਨਜਾਰਾ ਇਹ ਜੰਮਿਆ ਜ਼ਰੂਰ ਪਾਕਿਸਤਾਨ ਚ ਨਾਮ ਵੀ ਉਹਨੇ ਤਾਰਿਕ ਫਤੇ ਇਸਲਾਮਿਕ ਰੱਖਿਆ ਹੋਇਆ ਪਰ ਇਹ ਹਿੰਦੂਤਵਾਦੀ ਔਲਾਦ ਜਿਸ ਅੰਦਾਜ਼ ਦੇ ਵਿੱਚ ਸਟੂਜ ਬਣਿਆ ਹੋਇਆ ਹੈ ਆਰਐਸਐਸ ਦਾ ਕੈਨੇਡਾ ਚ ਵੀ ਡਿਫਰੈਂਟ ਟੀਵੀ ਚੈਨਲਸ ਤੇ ਜਦੋਂ ਕੋਈ ਸਿੱਖਾਂ ਦਾ ਮੁੱਦਾ 에ਅਰ ਇੰਡੀਆ ਦਾ ਜਿਹੜਾ ਇੰਡੀਅਨ ਏਜੰਸੀਆਂ ਨੇ ਆਪ ਹੀ ਕੀਤਾ ਖਾਰਿਸਤਾਨ ਦਾ ਸੋ ਇਹ ਉਹਨਾਂ ਦਾ ਫੇਵਰਿਟ ਧਰ ਕਿਉਂਕਿ ਵੈਸਟਰਨ ਵੀ ਸੂਟ ਕਰਦਾ ਜਦੋਂ ਇਸਲਾਮ ਦੇ ਖਿਲਾਫ ਗੱਲ ਹੋਏ ਸਿੱਖਾਂ ਦੇ ਔਰ ਉਸ ਆਪਕੀ ਅਦਾਲਤ ਵਾਲੇ ਚੁਨੇ ਗਿਆ ਜੀ ਮੈਂ ਖਾਲਸਤਾਨ ਦੀ ਹਮਾਇਤ ਕਰਾਂਗਾ ਜੇ ਸਿੱਖ ਬਾਰਜਾ ਰঞ্জੀਤ ਸਿੰਘ ਦੀ ਰਾਜਧਾਨੀ ਲਾਹੌਰ ਸੀ ਉਹਦੀ ਗੱਲ ਕਰਨ ਸੋ ਮਤਲਬ ਉਹੀ ਇਹੀ ਗੱਲ ਮੈਂ ਉਦੋਂ ਵੀ ਕਹੀ ਸੀ ਇਹੀ ਗੱਲ ਰਾਜੀਵ ਗਾਂਧੀ ਨੇ ਕਹੀ ਸੀ ਸੋ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਵੀ ਇਹ ਇਹਨਾਂ ਦਾ ਔਰ ਅੱਜ ਕੱਲ੍ਹ ਉਹ ਰਹਿੰਦਾ ਹੀ ਇੰਡੀਆ ਬਲੋਚਾਂ ਦਾ ਸਭ ਤੋਂ ਵੱਡਾ ਹਮਦਰਦ ਬਣਿਆ ਹੋਇਆ ਹੈ ਔਰ ਇਸ ਕਿਸਮ ਦਾ ਉੂਲ ਜਲੂਲ اور ਈਵਨ ਜਿਹੜਾ ਬੇਸਿਕ ਇਸਲਾਮ ਦੀਆਂ ਟੀਚਿੰਗਸ ਨਹੀਂ ਉਹਨਾਂ ਦੇ ਖਿਲਾਫ ਜਿਸ ਅੰਦਾਜ਼ ਦੇ ਵਿੱਚ ਇਹ ਬਕਵਾਸਬਾਜ਼ੀ ਕਰਦੇ ਪਰ ਮੈਂ ਸਮਝਦਾ ਕਿ ਵੀ ਅਲਟੀਮੇਟਲੀ ਇਹ ਸਾਡੀ ਧਰਤੀ ਹੈ ਜਨਾ ਇਹਨੂੰ ਜਿਹੜਾ ਅੰਗਰੇਜ਼ੀ ਚ ਕਹਿੰਦੇ ਨੇ ਟੂ ਗਿਵ ਦਾ ਟੇਸਟ ਆਫ ਵਨਜ਼ ਓਨ ਮੈਡੀਸਨ ਮੇ ਜਿਹੜੀ ਦਵਾਈ ਕਿਸੇ ਨੂੰ ਦਿੱਤੀ ਹੈ ਉਹਦਾ ਹੀ ਸਵਾਦ ਤੁਹਾਨੂੰ ਦਿੱਤਾ ਹੈ ਇਹ ਜਿਹੜੀ ਖਬਰ ਅਸੀਂ ਜਦੋਂ ਜਾ ਰਹੇ ਸੀ ਵਾਸ਼ਿੰਗਟਨ ਡੀਸੀ ਪਾਸਟ ਮਿਡਨਾਈਟ ਉਦੋਂ ਵੀ ਔਰ ਯੂਬਾ ਸਿਟੀ ਤੋਂ ਸਾਡੇ ਇੱਕ ਮਿਸਟਰ ਸਿੰਧੂ ਕਰਕੇ ਐਡਮਾਇਰਰ ਨੇ ਉਹ ਪੰਜਾਬ ਯੂਨੀਵਰਸਿਟੀ ਚ ਪੜ੍ਹੇ ਹੋਏ ਨੇ ਉਹਨਾਂ ਨੇ ਕਿਹਾ ਜੀ ਸਾਡੇ ਮੁੰਡਿਆਂ ਨੇ ਕੰਮ ਕਰਤਾ ਇਹਦਾ ਔਰ ਉਸ ਤੋਂ ਬਾਅਦ ਵੀਰ ਬਲਜਿੰਦਰ ਸਿੰਘ ਉਹਨਾਂ ਨੇ ਕਿਸੇ ਹਿੰਦੀ ਚੈਨਲ ਤੇ ਦੇਖੀ ਖਬਰ ਉਹਨਾਂ ਨੇ ਵੀ ਸਾਨੂੰ ਬਿਫੋਰ ਟੈਕਸਟ ਕੀਤਾ ਸੀ ਪਰ ਉਦੋਂ ਮੈਂ ਕਿਉਂਕਿ ਅੱਜ ਕੱਲ ਬਹੁਤ ਸਾਰੀਆਂ ਖਬਰਾਂ ਕੁਝ ਫੇਕ ਵੀ ਹੁੰਦੀਆਂ ਨੇ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੇ ਹੁੰਦੇ ਹਾਂ ਕਿ ਵੀ ਇਹ ਗੱਲ ਠੀਕ ਹੋਏ ਲੇਕਿਨ ਹੁਣ ਜਦੋਂ ਉਹਦੀ origignal ਵੀਡੀਓ ਵੀ ਜਿਹੜੇ ਸਟੂਡੈਂਟਸ ਦੇ ਨਾਲ ਵਾਪਰੀ ਔਰ ਦੋ ਤਿੰਨ ਡਿਫਰੈਂਟ ਵੈਬਸਾਈਟਸ ਤੋਂ ਔਰ ਮੈਂ ਸਮਝਦਾ ਕਿ ਇਹ ਜੈਨੂ ਹਲਾ ਪੰਜਾਬ ਯੂਨੀਵਰਸਿਟੀ ਨੇ ਕਿਹਾ ਕਿ ਜੀ ਅਸੀਂ ਨਾ ਕੋਈ ਰੱਖਿਆ ਅਸੀਂ ਫੰਕਸ਼ਨ ਨਾ ਅਸੀਂ ਕੈਨਸਲ ਕੀਤਾ ਜ਼ਾਹਰ ਹੈ ਕੋਈ ਯੂਨੀਵਰਸਿਟੀ ਦੀ ਸੈਨੇਟਰ ਨੇ ਨਹੀਂ ਸੀ ਰੱਖਿਆ ਹੋਇਆ ਵਿਥਿਨ ਦਾ ਯੂਨੀਵਰਸਿਟੀ ਜਿਹੜੇ ਕੁਝ ਫੋਰਮ ਹੁੰਦੇ ਨੇ ਜਾਂ ਇੱਥੇ ਯੂਨੀਵਰਸਿਟੀ ਦੇ 6 ਸਟੂਡੈਂਟ ਐਸੋਸੀਏਸ਼ਨਸ ਬਣੀਆਂ ਹੋਈਆਂ ਨੇ ਉਹ ਕੋਈ ਫੰਕਸ਼ਨ ਕਰਦੇ ਨੇ ਕੋਈ ਯੂਨੀਵਰਸਿਟੀ ਨਹੀਂ ਕਰਦੀ ਲੇਕਿਨ ਯੂਨੀਵਰਸਿਟੀ ਵਿੱਚ ਹੀ ਹੁੰਦੇ ਨੇ ਔਰ ਸਟੂਡੈਂਟਸ ਕਰਦੇ ਨੇ ਔਰ ਇਹ ਖਬਰ ਹੈ ਤਾਰਕ ਫਤਿਹ ਬੀਟ ਬਾਈ ਸਟੂਡੈਂਟਸ ਫਰ ਖਾਲਿਸਤਾਨੀ ਐਂਡ ਟੈਰਰਿਸਟ ਨੇਮ ਕਾਲਿੰਗ ਉਹ ਉੱਥੇ ਜਾ ਕੇ ਉਹਦੇ ਨਾਲ ਔਰ ਇਹ ਮੈਂ ਪਹਿਲਾਂ ਖਬਰ ਪੜ੍ਹਦੇ ਆ ਤਾਂ ਕਿ ਪਤਾ ਹੋਏ ਕਿ ਇਹਦਾ ਪਿਛੋਕੜ ਕੀ ਹੈ ਔਰ ਇਹ ਜਿਹੜਾ ਇਸ ਕਿਸਮ ਦਾ ਬੰਦਾ ਜਿਹੜਾ ਗਿੱਜਿਆ ਹੁੰਦਾ ਹੈ ਕਿ ਜੀ ਜਦੋਂ ਉਹਨੇ ਕਹਿਣਾ ਹੈ ਜਦੋਂ ਆਪ ਕੀ ਅਦਾਲਤ ਚ ਕਰ ਰਿਹਾ ਸਾਰੀ ਹਿੰਦੂ ਕਰਾਊਡ ਇਕੱਠੀ ਕੀਤੀ ਤਾੜੀਆਂ ਮਾਰ ਰਹੇ ਨੇ ਜਦੋਂ ਮਜ਼ਾਕ ਉਡਾ ਰਿਹਾ ਇਸਲਾਮ ਦਾ ਜਾਂ ਖਾਲਿਸਤਾਨ ਦੀ ਗੱਲ ਕਰ ਉਹਨਾਂ ਨੂੰ ਤੇ ਇਸ ਕਿਸਮ ਦਾ ਸਟੂ ਚਾਹੀਦੇ ਜੀ ਔਰ ਇਹ ਖਬਰ ਹੈ ਕੰਟਰੋਵਰਸ਼ੀਅਲ ਸੋਸ਼ਲ ਮੀਡੀਆ ਸੈਲੀਬ੍ਰਿਟੀ ਤਾਰਕ ਫਤੇ ਵਾਸ ਬੀਟਨ ਅਪ ਬਾਈ ਸਟੂਡੈਂਟਸ ਫਰਮ ਪੰਜਾਬ ਯੂਨੀਵਰਸਿਟੀ ਆਫਟਰ ਹੀ ਰਿਪੋਰਟਡਲੀ ਕਾਲਡ ਅ ਸਿਕਸ ਸਟੂਡੈਂਟ ਖਾਲਸਤਾਨੀ ਐਂਡ ਰੈਫਰਡ ਟੂ ਅ ਮੁਸਲਮ ਸਟੂਡੈਂਟ ਫਰਮ ਜੰਮੂ ਐਂਡ ਕਸ਼ਮੀਰ ਐਜ਼ ਅ ਟੈਰਰਿਸਟ ਇਹ ਕਾਰਗਿਲ ਦਾ ਮੁਸਲਮਾਨ ਸਟੂਡੈਂਟ ਬੜਾ ਪੁਲਾ ਮੈਂ ਉਹਦੇ ਟਾਈਮ ਨਹੀਂ ਹੈ ਕਿ ਅਸੀਂ ਉਹ ਸਾਰੀ ਵੀਡੀਓ ਦਿਖਾ ਸਕੀਏ ਉਹ ਕਹਿੰਦਾ ਵੀ ਮੈਂ ਉਹਨੂੰ ਔਰ ਮੈਂ ਪਹਿਲਾਂ ਖਬਰ ਪੜ੍ਹਦੇ ਆਂ ਫਿਰ ਉਹ ਦਾ ਜਸਟ ਗਵਾ ਹੀ ਵਾਸ ਇਨਵਾਈਟਡ देयर ਟੂ ਡਿਲੀਵਰ ਏ ਟੈਡੈਕਸ ਟਾਕ ਔਨ ਬਲੋਚਿਸਤਾਨ ਵੈਨ ਦਾ ਫ੍ਰੈਕਸ ਟੁਕ ਪਲੇਸ ਕਿ ਜੀ ਹੁਣ ਉਹਨੂੰ ਬਲੋਚਿਸਤਾਨ ਚ ਐਕਸਪਰਟ ਬਣਾਇਆ ਹੋਇਆ ਔਰ ਕਿਉਂਕਿ ਉਹਨ ਬਲੋਚਿਸਤਾਨ ਦਾ ਇਸ਼ੂ ਖੜਾ ਕਰ ਰਹੇ ਨੇ ਔਰ ਮੈਂ ਸਮਝਦਾ ਵੀ ਪਾਕਿਸਤਾਨ ਦੇ ਲਈ ਹੁਣ ਜਦੋਂ ਕਿ ਇਸ ਲੈਵਲ ਤੱਕ ਕਿ ਸ਼ੈਤਾਨੀ ਕਰ ਰਹੇ ਨੇ ਖਾਲਸਾਣ ਦੇ ਲਈ ਡਿਪਲੋਮੈਟਿਕ ਸਪੋਰਟ ਜਾਂ ਕਿਸੇ ਲੈਵਲ ਤੇ ਸਿੱਖ ਇਸ਼ੂ ਨੂੰ ਲਿਆਣਾ ਇਹ ਹੁਣ ਕੋਈ ਐਸਾ ਨਹੀਂ ਹੈ ਕਿਉਂਕਿ ਆਲਰੇਡੀ ਇੰਡੀਆ ਨੇ ਜੋ ਰਸਤਾ اختیار ਕੀਤਾ ਹੈ ਪਾਕਿਸਤਾਨ ਸ਼ੁਡ ਪੇ ਬੈਕ ਇਨ ਦਾ ਸੇਮ ਕੌਇਨ ਔਰ ਇਹ ਕੱਲਾ ਸਿਰਫ ਟਿਟ-ਫੋਰ-ਟੈਟ ਤਾਕੀ ਨਾ ਹੋਏ ਅਸੀਂ ਸਮਝਦੇ ਹਾਂ ਕਿ ਅਸੀਂ ਫਿਊਚਰ ਦੇ ਉਹ ਸੀਰੀਅਸ ਰਿਲੇਸ਼ਨਸ਼ਿਪ ਬਾਰੇ ਵੀ ਗੱਲ ਕਰੀਏ ਔਰ ਇੱਕ ਸੀਰੀਅਸਨੈਸ ਦੇ ਨਾਲ ਇਸ ਰਿਲੇਸ਼ਨਸ਼ਿਪ ਨੂੰ ਸਿੱਖਾ ਮੁਸਲਮਾਨਾਂ ਦੀ ਖਾਰਿਸਤਾਨ ਪਾਕਿਸਤਾਨ ਦੀ ਇਸ ਦੇ ਉੱਤੇ ਸਾਡੀ ਵਿਚਾਰ ਚਰਚਾ ਹੋਣੀ ਚਾਹੀਦੀ ਹੈ ਗਗਨਦੀਪ ਸਿੰਘ ਢਿੱਲੋਂ a phd scholar in geography was quoted by indian express eh hun ude shabd ne i was sitting at the physics canteen when tarak came and began an informal interaction with students we were discussing yesterday's nagrota terror attack when he was talking to us the department librarian came kese hor khabar chuda librarian da naam vi hai aur hindu hai utte waadi ke ki ji when the students rose to show respect Tarek told them Indians need to stop giving such treatment to their seniors oh kanda ji eh tusi apne vaddiyan layi eh ki tarika hai eh tuanu jehda hai badalna chahida taur tarika Tarek reportedly added that he would not stand up for his own father why are you all standing up for this person ke ji main ta apne pyo layi na khlova tusi kyon khlo ore hun tu pyo da hai hi nahi te khroen kyon tu pyo de layi hun zar hai ਜਿਹੜਾ ਬੰਦਾ ਇਸ ਇਹ ਠੀਕ ਹੈ ਜਦੋਂ ਅਸੀਂ ਇਸਲਾਮ ਜਾਂ ਸਿੱਖੀ ਦੇ ਹਵਾਲੇ ਨਾਲ ਵੀ ਅਸੀਂ ਰੱਬ ਤੋਂ ਬਿਨਾ ਕਿਸੇ ਅੱਗੇ ਨਹੀਂ ਝੁਕਦੇ ਜੇ ਗੁਰੂ ਗ੍ਰੰਥ ਸਾਹਿਬ ਅੱਗੇ ਵੀ ਅਸੀਂ ਮੱਥਾ ਟੇਕਦੇ ਹਾਂ ਤੇ ਇਸ ਦਾ ਮਤਲਬ ਕਲਾਮ ਹੈ ਉਹ ਕੋਈ ਕਾਗਜ਼ ਜਾਂ ਸਿਆਹੀ ਜਾਂ ਰੁਮਾਲਿਆਂ ਦੇ ਅੱਗੇ ਨਹੀਂ ਹੁੰਦਾ ਇਹ ਇਹ ਰੱਬ ਦਾ ਕਲਾਮ ਰੱਬ ਦੀ ਬਾਣੀ ਜਿਵੇਂ ਕੁਰਾਨ ਸ਼ਰੀਫ ਦੇ ਲਈ ਜਿਹੜਾ ਉਸ ਕਿਸਮ ਦਾ ਰਿਸਪੈਕਟ ਹੈ ਲੇਕਿਨ ਕਲਚਰਲੀ ਜਦੋਂ ਅਸੀਂ ਆਪਣੇ ਬਜ਼ੁਰਗਾਂ ਦੇ ਅੱਗੇ ਝੁਕਦੇ ਆ ਆਪਣੀ ਮਾਂ ਦੇ ਅੱਗੇ ਹੁਣ ਮਾਂ ਦਾ ਰੁਤਬਾ ਇਸਲਾਮ ਹੋਏ ਸਿੱਖੀ ਹੋਏ ਉਸ ਨੇ ਕਿੱਥੇ ਰੱਖਿਆ ਹੋਏ ਕਿ ਵੀ ਤੁਸੀਂ ਹਰ ਹਾਲਤ ਚ অবੇ ਕਰਨਾ ਆਪਣੇ ਮਾਪਿਓ ਨੂੰ ਸੋ ਇਹ ਜਿਹੜਾ ਕੁਝ ਪ੍ਰੈਕਟਿਸਿਸ ਕਲਚਰ ਹੁਣ ਜਿਹੜਾ ਮਿਡਲ ਈਸਟ ਅਰਬਾਂ ਦਾ ਕਲਚਰ ਹੈ ਉਹ ਘਰ ਨਾਲ ਵੀ ਲੱਗਦੇ ਨੇ ਮੂੰਹ ਵੀ ਚੁੰਮਦੇ ਨੇ ਲੇਕਿਨ ਸਾਡੇ ਮੂੰਹ ਚੁੰਮਣ ਦਾ ਨਹੀਂ ਹੈ ਅਸੀਂ ਜੱਫੀ ਚ ਲੈਂਦੇ ਇਹ ਸਾਡਾ ਇੱਕ ਆਪਣਾ ਤਰੀਕਾ ਹੈ ਇਸੇ ਤਰ੍ਹਾਂ ਉੱਥੇ ਝੁਕਣਾ ਲੇਕਿਨ ਇਹ ਕਹਿੰਦਾ ਜੀ ਮੈਂ ਤਾਂ ਆਪਣੇ ਪਿਓ ਦੇ ਸਾਹਮਣੇ ਨਾ ਕਰਾਂ ਵੈਨ ਮੁਸਤਾਫਾ ਇਹ ਪੀ ਐਚ ਡੀ ਸਕਾਲਰ ਫ্রম ਕਾਰਗਿਲ オਬਜੈਕਟਡ ਉਹਨੇ ਉਹਨੂੰ ਕਿਹਾ ਮੁਸਫਾ ਨੇ ਵੀ ਕਿਹਾ ਇਹ ਹੀ ਗੱਲ ਹੀ ਟੋਲਡ ਹਿਮ ਹੈ ਯੂ ਗੋਰੀ ਚਮੜੀ ਵੇਅਰ ਆਰ ਯੂ ਫਰਮ ਯੂ ਆਰ ਅ ਪਾਕਿਸਤਾਨੀ ਟੈਰਰਿਸਟ ਯੂ ਆਰ ਐਨ ਐਂਟੀ ਨੈਸ਼ਨਲ ਉਹਨੂੰ ਕਹਿਣ ਲੱਗਾ ਗੋਰੀ ਚਮੜੀ ਕਿਉਂਕਿ ਉਸ ਜਿਹੜੀ ਵੀਡੀਓ ਵੀ ਹੈ ਉਹ ਸੋਣਾ ਰੰਗ ਹੈ ਔਰ ਜ਼ਾਹਰ ਹੈ ਵੀ ਕਸ਼ਮੀਰ ਔਰ ਦਰਸ਼ਕ ਦੇਖ ਰਹੇ ਨੇ ਸਕਰੀਨ ਦੇ ਉੱਤੇ ਕਸ਼ਮੀਰ ਦੇ ਵਿੱਚ ਕਪੜੇ ਕਿਸਮ ਦੀ ਖੂਬਸੂਰਤੀ ਹੈ ਔਰ ਉਹ ਉਹਨੂੰ ਨਫ਼ਰਤ ਔਰ ਹਿਕਾਰਤ ਦੇ ਨਾਲ ਉਸਨੂੰ ਕਹਿ ਕੇ ਉਹਨੂੰ ਵੀ ਪਾਕਿਸਤਾਨੀ ਟੈਰਰਿਸਟ ਬਣਾਉਂਦਾ ਹੈ ਤਾਰਿਕ ਦਨ ਐਲਐਚਡੀ ਟੋ ਟਿੱਲੋ ਹੁਣ ਜਦੋਂ ਉਹਨੇ ਇਹ ਕਿਹਾ ਤੇ ਜ਼ਾਹਰ ਹੈ ਵੀ ਟਿੱਲੋ ਨੇ ਉਹਨੂੰ ਡਿਫੈਂਡ ਕੀਤਾ ਉਹ ਆਪਣੇ ਇੱਕ ਕਸ਼ਮੀਰੀ ਸਟੂਡੈਂਟ ਨੂੰ ਕਿ ਭਈ ਇਹ ਉਹਨੇ ਕਿਹਾ ਹੋਣਾ ਪੰਜਾਬੀ ਚ ਇਹਨੇ ਤਾਂ ਨਹੀਂ ਲਿਖਿਆ ਉਹਨੂੰ ਕਿਹਾ ਹੋਣਾ ਕਿ ਬਈ ਲਗਾਮ ਦੇ ਜ਼ਬਾਨ ਨੂੰ ਜੀ ਜਾਂ ਹੋਰ ਥੋੜੀ ਜੀ ਚੇਸਟ ਪੰਜਾਬੀ ਚ ਕੁਝ ਕਿਹਾ ਹੋਣਾ ਥੈਨ ਉਹ ਉਹਨੂੰ ਕਹਿੰਦਾ ਢਿੱਲੋਂ ਨੂੰ ਯੂ ਆਰ ਐ ਖਾਲਸਤਾਨੀ ਔਰ ਹਾਲਾਂਕਿ ਮੈਂ ਦੇਖ ਰਿਹਾ ਸੀ ਜਿਹੜਾ ਢਿੱਲੋਂ ਹੈ ਉਹ ਸਿੱਖੀ ਸਰੂਪ ਚ ਵੀ ਨਹੀਂ ਹੈ ਜੀ ਮੋਨੇ ਤੇ ਲੇਕਿਨ ਕਿਉਂਕਿ ਉਹਨੇ ਉਹ ਜੋ ਇੱਕ ਸਿੱਖ ਕਰੇਗਾ ਉਹਨੇ ਉਹੀ ਕੀਤਾ ਕਿ ਬਈ ਤੂੰ ਗਲਤ ਕਰ ਰਿਹਾ ਹੈ ਦਿਸ ਲੀਡ ਟੂ ਐਂਗਰੀ ਸਟੂਡੈਂਟਸ ਬੀਟਿੰਗ ਹਿਮ ਆਪ ਉਹ ਬਾਕੀ ਵੀ ਫਿਰ ਆ ਗਏ ਉਹਨਾਂ ਨੇ ਕਹਿਣਾ ਵੀ ਆ ਪੁੱਤਰਾ ਤੂੰ ਬੱਚਾ ਕਿੱਥੇ ਫਿਰਦੇ 10 ਸਿਚੁਏਸ਼ਨ ਬਿਕਮ ਸੋ ਅਗਲੀ ਥੈਟ ਦਾ ਆਰਗੇਨਾਈਜ਼ਰਸ ਹੈਡ ਟੂ ਕੈਨਸਲ ਹਿਸ ਟਾਕ ਜੇ ਵੀ ਜਿਨ੍ਹਾਂ ਨੇ ਰੱਖਿਆ ਵੀ ਸੀ ਉਹਨੂੰ ਬੁਲਾਇਆ ਸੀ ਉਹਨਾਂ ਨੇ ਵੀ ਉਹ ਪ੍ਰੋਗਰਾਮ ਕੈਨਸਲ ਕੀਤਾ ਇਹ ਪੀ ਐਚ ਡੀ ਸਟੂਡੈਂਟ ਗਣੇਸ਼ਵਰੀ ਸੈਡ ਥੈਟ ਤਾਰਿਕ ਟੋਲਡ ਹ ਕੋਟ ਅਨਕੋਟ ਯੂ ਆਰ ਦਾ ਰੀਅਲ ਪੈਟਰੀਅਟ ਬਿਕਾਜ਼ ਆਫ ਯੋਰ ਰਿਲੀਜੀਅਨ ਉਹ ਕਹਿੰਦੇ ਵੀ ਤੂੰ ਕਿਉਂਕਿ ਹਿੰਦੂ ਹੈ ਉਹਦਾ ਮਤਲਬ ਇਹ ਹੈ ਕਿ ਸਿਰਫ ਉੱਥੇ ਦੇਸ਼ ਭਗਤ ਜਿਹੜੇ ਨੇ ਉਹ ਹਿੰਦੂ ਹੀ ਨੇ ਸਿੱਖ ਖਾਲਸਾਨੀ ਨੇ ਇਸ ਲਈ ਮਾਰੇ ਜਾਣ ਦੇ ਕਾਬਿਲ ਜੋ ਜਿਸ ਤਰੀਕੇ ਦਾ ਉਹ ਪ੍ਰਚਾਰ ਕਰਦਾ ਹੈ ਔਰ ਜੋ ਇਸਲਾਮ ਦੇ ਖਿਲਾਫ ਜਿਸ ਤਰੀਕੇ ਨਾਲ ਉਹ ਬੋਲਦਾ ਹੈ ਕਿ ਪਾਕਿਸਤਾਨ ਜਾਂ ਕੰਟਰੀ ਕੋਈ ਰੰਜਿਸ਼ ਹੋ ਸਕਦੀ ਹੈ ਉਹ ਸਮਝ ਆ ਸਕਦਾ ਹੈ ਪਰ ਉਹ ਤਾਂ ਸਟੂਜ ਬਣਿਆ ਹੋਇਆ ਹੈ ਇਸਲਾਮ ਦੇ ਖਿਲਾਫ ਬੋਲਣ ਲਈ ਵੀ ਇਹ ਵਿਜੀਬਲੀ ਸ਼ੇਕਨ ਫਤੇ ਲੇਟਰ ਟ੍ਰੋਲਡ ਏ ਟੀਵੀ ਚੈਨਲ ਐਸ ਵੀ ਸਟੂਡ ਹਰ ਇਜ਼ ਅ ਗਾਈ ਆ ਡੋਨਟ ਨੋ ਹਿਸ ਨੇਮ ਆ ਡੋਨਟ ਹੈਵ ਹਿਸ ਪਿਕਚਰ ਹੀ ਪੁਸ਼ਡ ਮੀ ਟੁਵਰਡਸ ਦਾ ਗਰਾਉਂਡ ਬਟ ਲੱਕੀਲੀ ਅ ਲੋਟ ਆਫ ਸਟੂਡੈਂਟਸ surrounded me so nothing happened but he was taken away by his uh, friends so eh jada part hai so main samajhda hai halanki jadon assi pehli vaar unadi aapki adalat bare si te main kaiso bhi mainu bahut ta nahi pata tarikh fate nu te sade jade regular viewer aur bade scholar bhi ne sapt sindhu unhane fir pura tarikh fate de utte research karke ਇਹ ਕੌਣ ਹੈ ਕੀ ਹੈ ਕੀ ਲਿਖਿਆ ਉਹਨਾਂ ਨੇ ਭੇਜਿਆ ਸੀ ਜੀ ਜੀ ਲੇਕਿਨ ਮੈਨੂੰ ਇਹ ਲੱਗਾ ਹਾਲਾਂਕਿ ਮੈਂ ਇੱਕ ਦਿਨ ਮੈਂ ਇਹ ਪਹਿਲਾਂ ਸੋਚਿਆ ਵੀ ਉਹਨੂੰ ਮੈਂ ਡਿਸਕਸ ਕਰਾਂ ਫਿਰ ਮੈਂ ਕਿਹਾ ਵਰਤ ਨਹੀਂ ਹੈਗਾ ਕਿ ਇਹਨੂੰ 네ਗੇਟਿਵ ਤਾ ਨੂੰ ਪਬਲਿਸਿਟੀ ਦੇਣੀ ਹੈ ਪਰ ਹੁਣ ਜਦੋਂ ਆਪਣੇ ਸਾਹਮਣੇ ਆ ਗਿਆ ਹਾਂ ਜਦੋਂ ਫਿਰ ਹੁਣ ਡੰਡਾ ਪੀਰ ਹੈ ਵਿਗੜਿਆ ਤੇ ਘੜਿਆ ਦਾ ਜਦੋਂ ਹੁਣ ਇਹ ਡੰਡਾ ਫਿਰਿਆ ਤਾਂ ਮੈਨੂੰ ਲੱਗਿਆ ਵੀ ਨਹੀਂ ਇਹ ਅੱਜ ਵਰਥ ਹੈ ਅੱਜ ਵਰਥ ਹੈਗਾ ਬੋਲਣਾ ਇਸ ਦਾ ਨਾਲ ਵੀਕਐਂਡ ਹੈ ਚਲੋ ਇਸ ਦਾ ਵੀ ਸਵਾਦ ਲੈ ਲੈਣ ਸਾਡੇ ਦਰਸ਼ਕ ਜੀ ਡਾਕਟਰ ਸਾਹਿਬ ਬਿਲਕੁਲ ਇੱਥੇ ਲੈ ਲਿਆ ਬ੍ਰੇਕ ਈਅਰਸ ਜਿਸਾਨਾ ਇਸ ਤਰ੍ਹਾਂ ਬਣੇ ਰਹਿਣਾ ਨਾ ਮਿਲਦੇ ਆ ਛੋਟੇ ਵਕਤੇ ਦੁਬਾਰਾ